ਅੱਜ ਆਪਣਾ ਦਿਨ ਚੌਥਾ ਤੇ ਅੱਜ ਆਪਾਂ ਚੱਲੇ ਕਸੌਲੀ ਤੇ ਆਪਾਂ ਨੂੰ ਫੋਲੋ ਕਰ ਲਿਓ ਤੇ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ। ਭਾਜੀ ਕੀ ਗੱਲ ਰਾਜ ਲੱਗਦੇ? ਓ ਭਾਜੀ ਘਰ ਤੋਂ ਨਿਕਾਲਤਾ ਯਾਰ ਮਾਲਕ ਨੇ, ਘਰ ਤੋਂ ਕੱਢਤਾ ਤੁਹਾਨੂੰ ਯਾਰ। ਓ ਯਾਰ ਤਾਂ ਹੀ ਬਿਸਤਰਾ ਚੱਕੀ ਹੋਈ ਨਾਲ ਯਾਰ। ਚਲ ਇੱਦਾਂ ਕਰੋ, ਤੁਹਾਨੂੰ ਯਾਰ ਕਸੌਲੀ ਘੁਮਾ ਕੇ ਲਿਆਉਣਾ, ਥੋੜੀ ਟੈਨਸ਼ਨ ਦੂਰ ਕਰਦੇ ਆ। ਚੱਲੀਏ, ਚਲੋ ਯਾਰ ਕਸੌਲੀ ਘੁਮਾ ਕੇ ਲਿਆਉਣਾ ਤੁਹਾਨੂੰ, ਮਾੜਾ ਤਾਂ ਟਾਈਮ ਪਾਸ ਕਰੀਏ। ਚੱਲੇ ਹਾਂ ਬਾਈ ਕਸੌਲੀ ਘੁਮਾ ਕੇ ਲਿਆਉਂਦੇ, ਮੁੰਡਾ ਬਹੁਤ ਪਰੇਸ਼ਾਨ ਹੋ ਗਿਆ ਯਾਰ। ਮਿਲਦੇ ਹਾਂ ਕਸੌਲੀ, ਨਜ਼ਾਰੇ ਦਵਾਉਂਦੇ ਰੋਡ ਦੇ। ਅੱਜ ਫਿਰ ਇੱਕ ਨਵੇਂ ਦਿਨ ਦੀ ਸ਼ੁਰੂਆਤ ਹੋ ਗਈ ਹੈ ਅਤੇ ਸ਼ੁਰੂਆਤ ਹੋਈ ਹੈ ਅੱਜ ਬਹੁਤ ਖੂਬਸੂਰਤ, ਕਿਉਂਕਿ ਅੱਜ ਫਿਰ ਆਪਾਂ ਵਾਦੀਆਂ 'ਚ ਚੱਲੇ ਹਾਂ। ਦੇਖੋ ਸਾਹਮਣੇ ਟਿੰਬਰ ਟ੍ਰੇਨ ਹੋਟਲ ਦਿਖ ਰਿਹਾ ਉੱਪਰੋਂ। ਅੱਜ ਅਰਵਿੰਦ ਭਾਜੀ ਸਦਾ ਬਹਾਰ ਬੰਦੇ, ਮੁਸਕਰਾਉਂਦਾ ਚਿਹਰਾ ਅਤੇ ਨਜ਼ਾਰੇ ਲੈ ਰਹੇ ਹਾਂ ਫੁੱਲ, ਅਤੇ ਇੱਧਰ ਬਾਰਿਸ਼ ਵੀ ਸ਼ੁਰੂ ਹੋ ਗਈ ਹੈ। ਦੇਖੋ ਹੋਏ ਹੋਏ, ਇੱਧਰ ਤੇਜ਼ ਹੋ ਗਿਆ, ਬਾਰਿਸ਼ ਤੇਜ਼ ਹੋ ਗਈ। ਅਤੇ ਹਾਂਜੀ ਭਾਜੀ, ਦੱਸੋ ਫਿਰ ਕੁਛ ਆਪਣੇ ਬਾਰੇ। ਭਾਜੀ ਸਵਾਦ ਆ ਗਿਆ, ਹਲੋ ਅੱਗੇ ਮੌਕੇ ਜੇ ਹੋ ਗਈ ਬਾਰਿਸ਼ ਦਾ ਸਟਾਰਟ। ਅਸੀਂ ਤੁਸੀਂ ਲਾ ਲਓ 40 degrees ਤੋਂ 20 degrees 'ਤੇ ਜਾਂਦੇ ਪਏ ਹਾਂ। ਬਸ ਚੰਡੀਗੜ੍ਹ ਤੋਂ ਤੁਹਾਨੂੰ 30 kilometers ਦੇ ਦੂਰ 20 degrees ਦਾ ਡਿਫਰੈਂਸ ਪਤਾ ਲੱਗ ਜੂਗਾ। ਇਹ ਕਿਸੇ ਨੂੰ ਵੀ ਸੰਡੇ ਵੀਕਐਂਡ ਕਰਨਾ ਇੰਜੋਏ ਤਾਂ ਚੰਡੀਗੜ੍ਹ ਤੋਂ ਮਾਤਰ ਘੰਟੇ ਵਾਰ ਤੁਸੀਂ ਲਾ ਲਓ ਦੂਰ ਅਤੇ ਜ਼ਿੰਦਗੀ ਦਾ ਨਜ਼ਾਰਾ ਆ ਜਾਓ। ਮੈਕਸੀਮਮ 42 kilometers 42 kilometers ਪੈਂਦਾ, ਘੰਟਾ ਭਰ ਦਾ ਰਸਤਾ ਜੀ, ਆ ਜਾਓ। ਅਤੇ ਚਲੋ ਹੁਣ ਸਾਡੇ ਨਾਲ ਤੁਸੀਂ ਵੀ, ਜੋ ਬੰਦਾ ਨਹੀਂ ਆਉਂਦਾ ਉਹ ਸਾਡੇ ਨਾਲ ਆ ਜਾਓ। ਜਿਹੜਾ ਬੰਦਾ ਘੁੰਮਣਾ ਫਿਰਨ ਦਾ ਸ਼ੌਂਕੀ ਹੈ ਨਾ, ਉਹ ਸਾਡੇ ਨਾਲ ਆ ਜਾਓ। ਬਸ ਸਾਨੂੰ ਕਮੈਂਟ 'ਚ ਪਾ ਦਿਓ ਵੀ ਇਹਨੇ ਨੂੰ ਆਉਣਾ, ਅਗਲੀ ਵਾਰੀ ਅਸੀਂ ਨਾਲ ਆਵਾਂਗੇ। ਅਸੀਂ ਤਾਂ ਟਰੱਕ ਭਰ ਕੇ ਲਿਆਵਾਂਗੇ, ਕੋਈ ਦਿੱਕਤ ਨਹੀਂ, ਕਿਉਂਕਿ ਅਸੀਂ ਤਾਂ ਖੁਦ ਘੁੰਮਣੇ ਵਾਲੇ ਔਰ ਲੋਕਾਂ ਨੂੰ ਘੁਮਾਉਣ ਵਾਲੇ ਬੰਦੇ ਹਾਂ ਬਾਈ। ਸਾਨੂੰ ਘੁੰਮ ਕੇ ਹੀ ਸਵਾਦ ਆਉਂਦਾ, ਘਰੇ ਬੈਠ ਕੇ ਸਾਨੂੰ ਸਵਾਦ ਬਿਲਕੁਲ ਵੀ ਨਹੀਂ ਆਉਂਦਾ। ਅਤੇ ਜਿਵੇਂ ਤੁਹਾਨੂੰ ਪਤਾ ਹੀ ਸੀ, ਆਪਾਂ ਪ੍ਰੈਸ਼ਰ ਲਈ ਗਏ ਸੀਗੇ, 3 ਦਿਨ ਆਪਣੇ ਉੱਥੇ ਲੱਗੇ ਅਤੇ ਅੱਜ ਆਪਣਾ ਚੌਥਾ ਦਿਨ ਹੈ। ਹੁਣ ਆਪਾਂ ਡੇ ਵਾਈਜ਼ ਆਪਣੀ ਕਲੈਕਸ਼ਨ ਰੈਡੀ ਕਰਨੀ ਹੈ। ਅੱਜ ਆਪਣਾ ਦਿਨ ਚੌਥਾ ਅਤੇ ਅੱਜ ਆਪਾਂ ਚੱਲੇ ਕਸੌਲੀ ਅਤੇ ਆਪਾਂ ਨੂੰ ਫੋਲੋ ਕਰ ਲਿਓ ਅਤੇ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ। ਬਸ ਚੱਲ ਆਏ, ਹੁਣ ਦੇਖੋ ਤਾਂ ਨਜ਼ਾਰੇ ਦਿਖਾਵਾਂ ਮੌਸਮ ਦੇ। ਆਹ ਦੇਖੋ ਬਈ, ਜਦੋਂ ਆਪਾਂ ਬੱਸ ਸਟੈਂਡ ਤੋਂ ਨਿਕਲਾਂਗੇ ਨਾ, ਤਾਂ ਇੱਥੋਂ ਬੱਸ ਸਟੈਂਡ ਤੋਂ ਸਿਰਫ ਹਾਰਡਲੀ 2 kilometers ਬਾਅਦ ਇਹ ਇੱਕ ਲਾਈਟਾਂ ਆਉਂਦੀਆਂ, ਇਹਨਾਂ ਨੂੰ ਮਾਜਰੀ ਚੌਂਕ ਕਹਿੰਦੇ ਆ। ਜਿਵੇਂ ਆਹ ਤੁਸੀਂ ਦੇਖ ਰਹੇ ਹੋ, ਇਹ ਮਾਜਰੀ ਚੌਂਕ ਦੀਆਂ ਲਾਈਟਾਂ। ਇਹਨੂੰ ਕ੍ਰੋਸ ਕਰਦੇ ਹੀ ਅੱਗੇ ਆਪਣਾ ਸਭ ਤੋਂ ਪਹਿਲਾਂ ਆਏਗਾ ਟੋਲ ਪਲਾਜ਼ਾ। ਟੋਲ ਪਲਾਜ਼ਾ ਆਏਗਾ ਕਿ ਟੋਲ ਪਲਾਜ਼ਾ ਨਿਕਲਦਾ। ਸਾਡੇ ਅੱਗੇ ਨਾ ਇੱਕ ਹਰਿਆਣਾ ਦਾ ਯੂਟਿਊਬਰ ਹੈ,
ਬਹੁਤ ਫੇਮਸ ਯੂਟਿਊਬਰ ਆ, ਤਾਂ ਨਾਮ ਤੁਹਾਨੂੰ ਅੱਗੇ ਜਾ ਕੇ ਦੱਸੂਗਾ ਮੈਂ। ਤੇ ਯਾਰ ਅਸੀਂ ਨਾ ਗੱਡੀ 100 ਤੇ ਲਾਤੀ ਉਹਦੇ ਮਿਲਣ ਵਾਸਤੇ, ਪਰ ਯਾਰ ਉਹ ਨਾ ਬਸ ਉਹਦੇ ਕੋਲ ਸੁਪਰ ਬਾਈਕ ਆ, ਉਹਦੀ ਬਹੁਤ ਤਗੜੀ ਸਪੀਡ ਹੈ, ਦਿਖ ਵੀ ਨਹੀਂ ਰਿਹਾ ਕਿਤੇ, ਦੇਖੋ ਦੂਰ ਦੂਰ ਤੱਕ ਇੰਨੀ ਜ਼ਬਰਦਸਤ ਤਰੀਕੇ ਨਾਲ ਲੰਘਿਆ ਨਾ ਉਹ। ਮੈਂ ਤੁਹਾਨੂੰ ਮਿਲਵਾਉਣਾ ਸੀ ਯਾਰ, ਬਹੁਤ ਸੁਪਰ ਬੰਦਾ ਉਹ, ਸੁਪਰ ਹੀ ਬੰਦਾ, ਸੁਪਰ ਹੀ ਬਾਈਕ ਆ ਉਹਦੇ ਕੋਲ, ਮਿਲਵਾਉਣਾ ਸੀ ਤੁਹਾਨੂੰ ਮੈਂ, ਪਰ ਯਾਰ ਰੁਕ ਹੀ ਨਹੀਂ ਰਿਹਾ ਬੰਦਾ, ਹੁਣ ਕਿਆ ਕਰਾਂ ਮੈਂ। ਚਲੋ ਕੋਈ ਨਹੀਂ, ਜੇ ਮਿਲ ਗਿਆ ਤਾਂ ਮਿਲਵਾਉਂਗਾ ਜ਼ਰੂਰ ਬਾਈ। ਜਦੋਂ ਆਪਾਂ ਪੰਚਕੂਲੇ ਤੋਂ ਆਵਾਂਗੇ ਨਾ ਆਪਣਾ ਬੱਸ ਸਟੈਂਡ ਤੋਂ, ਤਾਂ ਸਭ ਤੋਂ ਪਹਿਲਾਂ ਇਹੀ ਆਉਂਦਾ ਇੱਕ ਟੋਲ ਪਲਾਜ਼ਾ, ਅਤੇ ਇੱਧਰ ਦੇਖੋ ਤੁਸੀਂ, ਆਪਾਂ ਹੁਣ ਟੋਲ ਪਲਾਜ਼ਾ ਕੁਛ ਨਹੀਂ ਦੇਣਾ, ਇੱਦਾਂ ਹੀ ਨਿਕਲਾਂਗੇ ਦੇਖੋ ਬਾਈ। ਅਸੀਂ ਹੈਗੇ ਵੀ ਆਈ ਪੀ ਬੰਦੇ ਆ, ਦੇਖੋ ਇੱਧਰ ਅਸੀਂ ਤਾਂ ਐਂਟੀ ਕਰਪਸ਼ਨ ਵਾਲੇ, ਅਸੀਂ ਕਦੇ ਦਿੱਤੇ ਨਹੀਂ ਟੋਲ ਟੋਲ ਪਲਾਜ਼ਾ, ਆਹ ਸਾਈਡ ਤੋਂ ਨਿਕਲ ਕੇ ਦੇਖੋ। ਟਰੈਕਟਰ ਵੀ ਫ੍ਰੀ ਆ ਬਾਈ, ਟਰੈਕਟਰ ਫ੍ਰੀ ਵੀ ਹੁੰਦੇ ਤਾਂ ਨਾ ਹੁੰਦੇ, ਕਿਸਾਨੀ ਦਾ ਕੋਈ ਵੀ ਸੰਦਾ ਹੈ ਨਾ, ਸਭ ਫ੍ਰੀ ਹੈ। ਜਦੋਂ ਆਪਾਂ ਨਿਕਲਦੇ ਨਾ ਟੋਲ ਪਲਾਜ਼ੇ ਤੋਂ, ਉਸ ਤੋਂ ਬਾਅਦ ਪੰਜਾਬ ਵਾਲੀਆਂ ਲਾਈਟਾਂ ਆਉਂਦੀਆਂ, ਖੂਬਸੂਰਤ ਵਾਦੀਆਂ ਯਾਰ, ਹੁਣ ਦੇਖੋ ਤੁਸੀਂ ਜਿੱਥੇ ਅਸੀਂ ਆਪਣੇ ਘਰ ਤੋਂ ਆਏ ਹਾਂ, ਉੱਥੇ ਘੱਟੋ ਘੱਟ 40 ਡਿਗਰੀ ਟੈਂਪਰੇਚਰ ਸੀ, ਇਸ ਟਾਈਮ ਵੀ ਇੰਨੀ ਗਰਮੀ ਪੈ ਰਹੀ ਸੀਗੀ, ਔਰ ਇੱਥੇ ਦੇਖੋ ਵਿਊ, ਬਸ ਕਿਆ ਕਹਾਂ ਯਾਰ ਸਰ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਮੇਰੇ ਕੋਲ ਲਫ਼ਜ਼ ਹੀ ਖਤਮ ਹੋ ਜਾਂਦੇ ਆ, ਹਿਮਾਚਲ ਇੰਨਾ ਜ਼ਬਰਦਸਤ ਹੈ। ਬਾਕੀ ਭਾਅ ਜੀ ਨੂੰ ਇੱਕ ਗੱਲ ਕਰਨੀ ਹੈ, ਹੋਰ ਬੜਾ ਹਾਸੇ ਵਾਲੀ ਗੱਲ ਹੈ, ਉਹ ਵੀ ਕਰਦੇ ਹਾਂ ਹੁਣ, ਉਹ ਮੈਂ ਵਲੌਗ 'ਚ ਨਹੀਂ ਦੱਸੂੰਗਾ। ਉਹ ਅੱਗੇ ਟੋਲ ਆਊਗਾ, ਉਹ ਝੁੱਟ ਮੁੜਦੇ ਹੋ ਬਈ। ਲੋਕ ਸੋਲਨ ਤੋਂ ਹੋ ਕੇ ਤਾਂ ਸਾਰੇ ਹੀ ਜਾਂਦੇ ਆ, ਅੱਜ ਆਪਾਂ ਪਰਮਾਣੂ ਦੇ ਅੰਦਰ ਤੋਂ ਜਾ ਰਹੇ ਹਾਂ, ਜੰਗੇਸ਼ੂ ਤੋਂ ਹੋ ਕੇ ਜਾ ਰਹੇ ਹਾਂ ਆਪਾਂ, ਉੱਥੇ ਤੁਹਾਨੂੰ ਇੱਕ ਵਾਟਰਫਾਲ ਵੀ ਹੁੰਦਾ, ਵਾਟਰਫਾਲ ਵੀ ਆਊਗਾ ਰਸਤੇ 'ਚ, ਅਤੇ ਬਹੁਤ ਵਧੀਆ ਵਾਦੀਆਂ ਆਉਣਗੀਆਂ, ਮਤਲਬ ਐਡਵੈਂਚਰ ਹੋਊਗਾ। ਜਿਹੜਾ ਉਹ ਮੇਨ ਰੋਡ ਹੈ ਨਾ, ਉਸ ਤੋਂ ਕੁਛ ਵੀ ਨਹੀਂ ਦਿਖਦਾ, ਉਹ ਬਸ ਸਾਰੇ ਦਰਖਤ ਹੀ ਦਿਖਦੇ ਆ, ਪਰ ਇੱਧਰ ਤੁਹਾਨੂੰ ਝਰਨੇ ਅਤੇ ਬਹੁਤ ਵਧੀਆ ਰੋਡ ਆਊਗੀ। ਚਲੋ ਚੱਲਦੇ ਹਾਂ ਅੱਗੇ ਬਾਈ। ਤੁਹਾਡੀ ਇਨਫੋਰਮੇਸ਼ਨ ਵਾਸਤੇ ਦੱਸ ਦਵਾਂ, ਹਾਲੇ ਮੈਂ ਸਿਰਫ ਜ਼ਿਆਦਾ ਨਹੀਂ ਤਾਂ 20 ਕਿਲੋਮੀਟਰ ਆਇਆ ਸਿਰਫ, ਔਰ ਇੱਥੋਂ 20 ਕਿਲੋਮੀਟਰ ਤੋਂ ਹੁਣ ਤੁਸੀਂ ਮੌਸਮ ਦੇਖੋ, ਸਭ ਕੁਛ ਚੇਂਜ ਹੋ ਗਿਆ। ਆਪਣੇ ਉੱਧਰ ਗਰਮੀ ਪੈ ਰਹੀ ਸੀ, ਉਰੇ ਬਾਰਿਸ਼ ਹੋ ਰਹੀ ਆ, ਦੇਖੋ ਸਾਰਾ ਗਿੱਲਾ ਪਿਆ, ਨੀਚੇ ਰੋਡ ਗਿੱਲੀ ਪਈ ਆ, ਔਰ ਇੱਧਰ ਮੌਸਮ ਅਲਟੀਮੇਟ। ਚਲੋ ਅੱਗੇ, ਚਲੋ ਅੱਗੇ ਤਾਂ ਹੋਰ ਦਿਖਾਵਾਂਗਾ ਵਧੀਆ ਤੁਹਾਨੂੰ। ਫਟਕ ਵੀ ਆਏਗਾ, ਟੋਏ ਟ੍ਰੇਨ ਜਾਂਦੀ ਇੱਧਰ ਸ਼ਿਮਲਾ ਵਾਲੀ, ਟੋਏ ਟ੍ਰੇਨ, ਇਹ ਦੇਖੋ ਇੱਧਰ ਚੱਲੇਗਾ ਕਸੌਲੀ ਨੂੰ ਰਸਤਾ,
ਮੁੰਬਈ ਚੰਡੀਗੜ੍ਹ ਤੋਂ ਸਿਰਫ ਸਿਰਫ 25 ਕਿਲੋਮੀਟਰ। ਔਰ ਵਾਦੀਆਂ ਦਿਖਾਵਾਂ ਤੁਹਾਨੂੰ ਮੈਂ, ਕਿਆ ਜ਼ਬਰਦਸਤ, ਕਿਆ ਖੂਬਸੂਰਤ ਹੈ ਯਾਰ। ਇੱਥੋਂ ਚੰਡੀਗੜ੍ਹ ਮਾਤਰ 25 ਕਿਲੋਮੀਟਰ ਹੈ, 25 ਕਿਲੋਮੀਟਰ ਬਸ। ਦੇਖੋ ਤੁਸੀਂ ਬਸ ਬੱਦਲਾਂ 'ਚ ਖੜ੍ਹੇ ਹਾਂ, ਬੱਦਲ ਵੀ ਆਉਣ ਵਾਲੀ ਤਿਆਰ ਹੈ। ਭੁੱਖ ਲੱਗੀ ਸੀਗੀ, ਬਾਕੀ ਇੱਧਰ ਵਾਦੀਆਂ ਦੇ ਲੋਕ ਨਜ਼ਾਰੇ ਇੱਧਰ ਦੇਖੋ। ਖਾ ਪੀ ਲਈਏ, ਤੁਸੀਂ ਵਾਦੀਆਂ ਦੇ ਲਓ ਜਦ ਤੱਕ ਨਜ਼ਾਰੇ। 25 ਕਿਲੋਮੀਟਰ ਹੈ, 25 ਕਿਲੋਮੀਟਰ ਬਸ। ਦੇਖੋ ਤੁਸੀਂ ਬੱਦਲਾਂ 'ਚ ਖੜ੍ਹੇ ਹਾਂ, ਬੱਦਲ ਵੀ ਬਾਈ ਤੁਹਾਨੂੰ ਥੱਲੇ ਤੋਂ ਵੀ ਵਿਊ ਪੁਆਇੰਟ ਦਿਖਾ ਕੇ ਲਿਆਉਣਾ, ਆ ਜਾਓ ਚੱਲੀਏ। ਬਾਈ ਤੁਹਾਡੀ ਇਨਫੋਰਮੇਸ਼ਨ ਵਾਸਤੇ ਦੱਸ ਦਵਾਂ, ਮੈਂ ਇਸ ਟਾਈਮ ਚੰਡੀਗੜ੍ਹ ਤੋਂ ਆਇਆ ਸਿਰਫ 25 ਕਿਲੋਮੀਟਰ। 25 ਕਿਲੋਮੀਟਰ ਜੰਗੇਸ਼ੂ ਪੈਂਦਾ ਇਹ, ਉਹਦੇ ਤਰੁੱਕੇ ਹੈ, ਅਤੇ ਚਾਹ ਮੈਗੀ ਵਗੈਰਾ ਮਾੜਾ ਮੋਟਾ ਹਲਕਾ ਫੁਲਕਾ ਖਾਵਾਂਗੇ। ਇਹ ਰਿਹਾ ਇੱਥੇ ਪ੍ਰੇਮ ਵੈਲੀ, ਇਹ ਬਣਿਆ ਹੋਇਆ ਇੱਥੇ ਸਵੀਮਿੰਗ ਪੂਲ ਪ੍ਰੇਮ ਵੈਲੀ। ਬਾਰਿਸ਼ ਹੋ ਰਹੀ ਹੈ ਬਹੁਤ ਤੇਜ਼। ਬਾਈ ਦੇਖੋ ਪੂਰੀ ਫੋਗ ਦੇ ਵਿੱਚ ਖੜੇ ਆ, ਇਹ ਫੋਗ ਹੈ ਇੱਥੇ, ਦੇਖੋ ਤੁਸੀਂ ਪੂਰੀ ਫੋਗ ਹੈ ਯਾਰ। ਕੈਮਰੇ 'ਚ ਪਤਾ ਨਹੀਂ ਦਿਖ ਰਹੀ ਕਿ ਨਹੀਂ ਦਿਖ ਰਹੀ, ਪਰ ਪੂਰੀ ਫੋਗ ਹੈ ਇਸ ਟਾਈਮ। ਕਰ ਲਓ ਅੱਗੇ, ਕਰ ਲਓ ਬਾਈ। ਚਾਹ ਪਾਣੀ ਪੀ ਲਿਆ ਸੀਗਾ, ਮੈਗੀ ਇੰਨੀ ਫੁੱਦੂ ਬਣਾਈ ਬੰਦੇ ਨੇ, ਆਈ ਐਮ ਸੌਰੀ ਬਾਈ, ਬਹੁਤ ਘਟੀਆ ਮੈਗੀ ਬਣਾਈ ਸੀ। ਮੈਂ ਕਰ ਰਿਹਾ ਥੁੱਕਣ ਨੂੰ ਦਿਲ ਕਰ ਰਿਹਾ ਸੀਗਾ ਵੀ ਥੁੱਕ ਦਵਾਂ, ਸਾਡਾ ਬੰਦਾ ਖਾ ਗਿਆ, ਅਸੀਂ ਫਿਰ ਵੀ ਖਾ ਗਏ। ਫਿਰ ਵੀ ਇਸ ਬੰਦੇ ਨੂੰ ਦੇਖ ਲਓ, ਇਹਨੇ ਇੱਕ ਨਹੀਂ ਛੱਡਿਆ ਜਾਣਾ। ਪਰ ਪਤਾ ਚੱਕਰ ਕਿਆ ਹੋ ਗਿਆ ਯਾਰ, ਪੈਸੇ ਲੱਗੇ ਵੀ ਸੀਗੇ, 80-90 ਰੁਪਏ ਤਾਂ ਪੈਸੇ ਲਈ ਇਹਨਾਂ ਨੇ, ਉਹ ਸੜੀ ਵੀ ਮੈਗੀ ਜਿਹੜੀ 10 ਰੁਪਏ ਦੀ ਆਉਂਦੀ ਆ, ਇਹ ਸਬਜ਼ੀਆਂ ਸੁਬਜ਼ੀਆਂ ਪਾ ਕੇ ਮੈਂ ਕਰ ਰਿਹਾ 2-3 ਟਿਣਕੇ ਪਾਏ ਵੀ ਸੀ ਇਹਦੇ, ਪਤਾ ਨੀ ਸਾਲੇ ਨੇ ਕਿਆ ਦੇ ਤਾ ਘੋਲ ਕੇ ਯਾਰ, ਬਸ ਬੁਰੀ ਹਾਲ ਹੈ, ਕੁਛ ਨੀ। ਚੱਲਦੇ ਅੱਗੇ,
ਨਜ਼ਾਰੇ ਲੈਂਦੇ ਆ ਫੁੱਲ। ਆਹ ਵੀ ਵਧੀਆ ਕੈਫੇ ਹੁੰਦੇ ਆ ਯਾਰ। ਚੰਡੀਗੜ੍ਹ ਤੋਂ ਸਿਰਫ ਇਹ ਮਾਤਰ 25 ਜਾਂ 30 ਕਿਲੋਮੀਟਰ ਹੈ, ਕੁਛ ਜ਼ਿਆਦਾ ਨਹੀਂ। ਅਤੇ ਗੱਡੀਆਂ ਦਿਖ ਹੀ ਨਹੀਂ ਰਹੀਆਂ ਅੱਗੇ, ਦੇਖੋ ਬੁਰਾ ਹਾਲ ਹੈ, ਕੁਛ ਵੀ ਨਹੀਂ ਦਿਖ ਰਿਹਾ ਅੱਗੇ। ਔਰ ਆਪਣੇ ਉੱਤੇ ਅੱਗ ਵੱਸ ਰਹੀ ਸੀ ਨੀਚੇ, ਨੀਚੇ ਫੁੱਲ ਗਰਮੀ ਸੀਗੀ, ਫੁੱਲ ਗਰਮੀ। ਦੇਖੋ ਤੁਸੀਂ ਨਜ਼ਾਰੇ ਜੀ ਅੱਗੇ, ਕੁਛ ਨਹੀਂ ਦਿਖ ਰਿਹਾ, ਕੁਛ ਵੀ ਨਹੀਂ। ਇਹ ਹੈ ਧਰਤੀ ਦਾ ਸਵਰਗ ਬਾਈ। ਅਸੀਂ ਆਪਣੇ ਘਰ ਤੋਂ 30 ਕਿਲੋਮੀਟਰ ਉੱਪਰ ਆਏ ਕਸੌਲੀ, ਠੀਕ ਹੈ ਨਾ। ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਕਿੱਦਾਂ ਨਜ਼ਾਰੇ ਲੈਣੇ ਆ, ਲੋਕਾਂ ਨੂੰ ਪਤਾ ਹੀ ਨਹੀਂ ਹੈਗਾ। ਮੈਂ ਤੁਹਾਡੀ ਇਨਫੋਰਮੇਸ਼ਨ ਵਾਸਤੇ ਦੱਸ ਦੇਵਾਂ, ਇਸ ਟਾਈਮ ਮੈਂ ਸਿਰਫ, ਮੈਂ ਵਾਰ ਵਾਰ ਕਹਿ ਰਿਹਾ, ਚੰਡੀਗੜ੍ਹ ਤੋਂ ਸਿਰਫ 30 ਕਿਲੋਮੀਟਰ ਆ। ਤੁਸੀਂ ਵਾਦੀਆਂ ਦੇਖੋ ਯਾਰ, ਦੇਖੋ ਤੁਸੀਂ ਉੱਥੇ ਕੁਛ ਦਿਖ ਰਿਹਾ। ਔਰ ਨੀਚੇ ਸਾਡੇ ਜਦ ਅਸੀਂ ਆਏ ਹਾਂ ਘੱਟੋ ਘੱਟ 40 ਡਿਗਰੀ ਟੈਂਪਰੇਚਰ ਸੀ, ਔਰ ਉਰੇ 20 ਵੀ ਨਹੀਂ ਹੈਗਾ, ਉਰੇ 20 ਡਿਗਰੀ ਤੋਂ ਵੀ ਥੱਲੇ ਗਿਆ ਵਾ ਟੈਂਪਰੇਚਰ। ਅੱਗੇ ਦੇਖੋ ਹਨੇਰਾ ਹੀ ਹੋ ਗਿਆ, ਕੁਛ ਵੀ ਨਹੀਂ ਦਿਖ ਰਿਹਾ, ਤੋਂ ਕੁਛ ਵੀ ਨਹੀਂ। ਬਾਈ ਦੇਖੋ ਰੋਡ ਕਿੰਨੀ ਛੋਟੀ ਆ, ਦੋ ਗੱਡੀਆਂ ਫਸ ਕੇ ਨਿਕਲਦੇ, ਤਾਂ ਹੈ ਵਿਚਾਰੀ ਰਾਣੀ ਹੈ ਲੋਡ ਐਲਟੋ। ਬਾਈ ਜਾਮ ਲੱਗ ਗਿਆ, ਛੋਟੀ ਰੋਡ ਹੈ, ਟਰੱਕ ਫਸ ਗਿਆ ਮੂਹਰੇ। ਦੇਖੋ ਦੇਖੋ ਨਾ ਗੱਡੀਆਂ ਹਿਲਾ ਰਹੇ ਆ, ਕੁਛ ਅੱਗੇ ਪਿੱਛੇ ਕਰ ਹੀ ਨਹੀਂ ਰਹੇ। ਆਪਾਂ ਵੀ ਆਪਣੀ ਗੱਡੀ ਪਿੱਛੇ ਕਰਦੇ, ਪਰ ਉਹ ਪਿੱਛੇ ਗੱਡੀ ਅੱਗੇ ਖੜ ਗਈ ਹੈ ਯਾਰ, ਕਿਆ ਕਰੀਏ। ਹਾਂ ਦੇਖਦੇ ਹਾਂ, ਹੌਲੀ ਹੌਲੀ ਕੱਢਾਂਗੇ ਗੱਡੀ ਨੂੰ। ਆ ਗਿਆ ਟਰੱਕ, ਬਸ ਨੇੜੇ ਹੀ ਆ ਰਿਹਾ, ਕਢਵਾ ਰਹੇ ਹਾਂ ਹੌਲੀ ਹੌਲੀ। ਭਾਜੀ ਦੱਬ ਲਿਓ ਉੱਧਰ ਸਾਈਡ 'ਤੇ ਹੈਗੀ ਜਗ੍ਹਾ, ਉੱਧਰ ਕੱਢ ਲਿਓ ਆਪਣੇ ਆਪੀ, ਉੱਪਰ ਕਰ ਦੇਵਾਂਗੇ ਮਾੜਾ ਮੋਟਾ ਆਪਾਂ ਨੂੰ ਮਿਲੇ ਤਾਂ। ਫੋਰਚੂਨਰ ਨਹੀਂ ਨਾ, ਦੋਵੇਂ ਗੱਡੀਆਂ ਹੋ ਗਏ ਇਨੋਵਾ ਦੋਨੋਂ ਹੀ। ਅੱਛਾ ਕਢਵਾਏਗਾ ਸਾਈਡ 'ਤੇ, ਇੱਕ ਟਰੱਕ ਇੱਕ ਨਹੀਂ ਆ, ਦੋ ਆ ਭਾਜੀ ਮੇਰੇ ਸਾਹਮਣੇ ਤਾਂ। ਉੱਤੇ ਸਾਈਡ ਤੋਂ ਨਿਕਲ ਜਾਣਾ ਚਾਹੀਦਾ ਆਪਣੇ ਤਾਂ, ਗੱਡੀ ਦੇਖ ਲਈ ਉੱਤਰ ਕੇ। ਮੈਂ ਤਾਂ ਜਮਾ ਇੱਕਦਮ ਕੋਨੇ 'ਚ ਪਾਤੀ ਯਾਰ, ਹੁਣ ਨਿਕਲ ਜੂ ਆਪਣੇ ਕੋਲ। ਭਾਈ ਗੱਡੀ ਫਸ ਗਈ, ਲੱਗ ਗਈ ਗੱਡੀ, ਕੁਰ 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 ਨਿਕਲ ਗਈ ਗੱਡੀ, ਕੜੀ ਗੱਡੀ ਤਾਂ ਲੱਗ ਲਈ, ਕੜੀ ਗਈ ਕੜੀ ਕੜੀ ਗੱਡੀ ਵੀ ਕੜੀ ਗਈ। ਲੈ ਆ ਗਏ, ਨਹੀਂ ਨਹੀਂ ਲੱਗੀ ਨਹੀਂ, ਬਚ ਗਈ ਆਪਣੇ ਵਾਲੀ ਦੇਖਣ ਵਾਲੀ ਹੋ ਗਈ। ਉਹ ਯਾਰ ਇਹ ਕ੍ਰਿਟ ਵਾਲਾ ਦੇਖਿਓ ਕਿੰਨਾ ਫੁੱਲ ਤਿਆਰ ਆ, ਦੇਖੋ ਆ ਟਾ ਗਿਆ ਟਰੱਕ ਟਾਇਰ, ਦੇਖੋ ਟਾਇਰ ਹੋਇਆ ਬਾਈ। ਸਾਡੀ ਐਲਟੋ ਦੀ ਕੋਈ ਰੀਸ ਨਹੀਂ ਹੈ, ਐਲਟੋ ਨਹੀਂ ਲਾਡ ਐਲਟੋ, ਲਾਡ ਐਲਟੋ ਬਾਈ। ਨਜ਼ਾਰਾ ਲਿਆ ਪਿਆ ਦੇਖੋ, ਪੂਰਾ ਟਰੱਕ ਜਾਮ ਲੱਗ ਗਿਆ ਸੀ ਭਾਜੀ। ਕੁਛ ਨੀ ਦਿਖ ਰਿਹਾ ਐਡਵੈਂਚਰ ਕਰ ਰਿਹਾ ਪੂਰਾ, ਬਾਈ ਪਾਰਕਿੰਗ ਤੇ ਲੱਗ ਗਈ ਗੱਡੀ। ਤੇ ਹੁਣ ਚੱਲਦੇ ਆ ਆਪਾਂ, ਸਭ ਤੋਂ ਪਹਿਲਾਂ ਦਿਖਾਵਾਂਗੇ ਤੁਹਾਨੂੰ ਯੋਗਾ ਪੁਆਇੰਟ। ਯਾਰ ਹਨੇਰਾ ਹੋ ਗਿਆ, ਹੁਣ ਅੱਗੇ ਵੀ ਕਿਤੇ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ। ਪਿੱਛੇ ਤੁਹਾਨੂੰ ਦੱਸਿਆ ਹੀ ਸੀ ਜਾਮ ਲੱਗ ਗਿਆ ਸੀਗਾ, ਟਰੱਕ ਫਸ ਗਏ ਸੀ ਦੋ ਇਕੱਠੇ, ਤਾਂ ਬਸ ਉੱਥੇ ਜਾਮ ਲੱਗ ਗਿਆ। ਤੇ ਬਸ ਉਹ ਦੇਖਦੇ ਹਾਂ, ਤੇ ਉਸ ਤੋਂ ਬਾਅਦ ਨਿਕਲਦੇ ਹਾਂ ਫਿਰ। ਕਿਆ ਚੀਜ਼ ਬਣਾਈ ਹੋਈ ਹੈ, ਵਧੀਆ ਖੂਬਸੂਰਤ ਕਸੌਲੀ, ਵੇਸਟ ਵੈਰੀਅਰਸ।
ਕਸਾਲੀ। ਬਈ ਨਜ਼ਾਰੇ ਲੈ ਲੈ ਪੂਰੇ। ਚਲੋ ਜੀ ਚਲੋ। ਬਈ ਫੁੱਲ ਲਿਆ, ਨਜ਼ਾਰੇ ਲੈਣ ਵਾਲੇ ਬੰਦੇ ਆ ਅਸੀਂ ਤੇ ਨਿਕਲ ਲਿਆ ਜੀ ਅੱਗੇ। ਬਾਈ ਤੁਸੀਂ ਨਾਈਟ ਦਾ ਵਿਊ ਵੀ ਦੇਖੋ, ਦਿਖਾਉਂਦਾ ਤੁਹਾਨੂੰ ਮੈਂ ਅੱਗੇ, ਬਹੁਤ ਨਜ਼ਾਰੇਦਾਰ ਹੈ।